ਪੰਜਾਬ ਵਿੱਚ ਬੀਐਡ ਦੇ ਵਿਦਿਆਰਥੀਆਂ ਨੂੰ ਪੀਐਸ ਟੈਟ ਦੀ ਉਡੀਕ ਰਹਿੰਦੀ ਹੈ, ਲੇਕਿਨ ਉਡੀਕ ਲੰਬੀ ਹੋ ਜਾਂਦੀ ਹੈ ਕਈ ਵਾਰ। ਇੱਕ ਵਾਰ ਤਾਂ ਅਜਿਹਾ ਵੀ ਹੋਇਆ ਹੈ ਕਿ 2 ਸਾਲ ਬਾਅਦ ਪੀਐਸ ਟੈਟ ਹੋਇਆ ਹੈ। ਸੋ ਤੁਹਾਡੇ ਲਈ ਡਿਫਰੈਂਟ ਜਿਹੜੇ, ਕਿਉਂਕਿ ਪੰਜਾਬ ਵਿੱਚ ਫਿਜ਼ੀਕਲ ਐਜੂਕੇਸ਼ਨ, ਸਾਇੰਸ, ਮੈਥਸ, SST ਔਰ ਬਾਕੀ ਸਬਜੈਕਟਸ ਦਾ ਪੀਐਸ ਟੈਟ ਹੁੰਦਾ ਹੈ, ਸੋ ਉਹ ਸਾਰੇ ਕੋਰਸ ਤੁਹਾਡੇ ਲਈ ਲੈ ਕੇ ਆ ਰਹੇ ਹਾਂ। ਇੱਥੇ ਮੈਂ ਕੁਛ ਅਜਿਹੇ ਐਕਸਪੀਰੀਅੰਸਡ ਟੀਚਰ ਨੂੰ ਇਨਵਾਈਟ ਕਰਦਾ ਹਾਂ ਜੇ ਉਹ ਚਾਹੁੰਦੇ ਨੇ ਕਿ ਸਾਡੇ ਨਾਲ ਔਨਲਾਈਨ ਟੀਚਿੰਗ ਕਰਨਾ ਚਾਹੁੰਦੇ ਨੇ, ਪੀਐਸ ਟੈਟ ਦਾ ਸਿਰਫ ਛੋਟਾ ਜਿਹਾ ਪੋਰਸ਼ਨ ਪੜ੍ਹਾਉਣਾ ਚਾਹੁੰਦੇ ਨੇ। ਵੈਸੇ SST ਹੁੰਦੀ ਹੈ, SST ਵਿੱਚ 45 ਕੁਐਸਚਨ ਕੰਟੈਂਟ ਦੇ ਹੁੰਦੇ ਆ, 45 ਦੇ ਵਿੱਚੋਂ ਇਸ ਨੂੰ 3 ਡਿਵੀਜ਼ਨ ਕਰ ਲਈਆਂ ਜਾਣ, ਲਗਭਗ 15 ਜੋਗਰਾਫੀ ਦੇ, 15 ਪੋਲੀਟੀਕਲ ਸਾਇੰਸ ਦੇ ਔਰ 15 ਹਿਸਟਰੀ ਦੇ ਔਰ 15 ਪੈਡਾਗੋਜੀ ਦੇ ਕਰਕੇ ਇਹ 60 ਕੁਐਸਚਨ ਬਣ ਜਾਂਦੇ ਆ। ਸੋ ਜੇ ਕੋਈ ਅਧਿਆਪਕ ਇੰਟਰਸਟਡ ਹੈ, ਜੋਗਰਾਫੀ ਦਾ ਮਾਸਟਰ ਹੈ, ਤਾਂ ਉਹ ਕੰਟੈਕਟ ਕਰ ਸਕਦਾ ਹੈ। ਨੀਚੇ ਫੋਨ ਨੰਬਰ ਦਿੱਤਾ ਗਿਆ ਹੈ। ਔਨਲਾਈਨ ਟੀਚਿੰਗ ਲਈ ਪੋਲੀਟੀਕਲ ਸਾਇੰਸ ਦੀ ਮਾਸਟਰੀ ਹੈ, ਪੀਐਸ ਟੈਟ ਕਲੀਅਰ ਹੈ, ਜਾਂ ਈਵਨ ਮਾਸਟਰ ਕੈਡਰ ਜਾਂ ਹਾਇਰ ਕੁਆਲੀਫਿਕੇਸ਼ਨ ਹੈ, ਟੈਕਨੋਲੋਜੀ ਦੀ ਥੋੜ੍ਹੀ ਜਿਹੀ ਐਕਸਪੀਰੀਅੰਸ ਹੈ, ਤਾਂ ਅਸੀਂ ਉਸਨੂੰ ਜ਼ਿਆਦਾ ਪ੍ਰੈਫਰ ਕਰਾਂਗੇ। ਕਾਰਨ ਇਹ ਹੈ ਕਿ ਉਹਨਾਂ ਨੇ ਘਰ ਬੈਠੇ ਹੀ ਪੜ੍ਹਾਉਣਾ ਹੈ, ਸਾਡੇ ਸਟੂਡੀਓ ਵਿੱਚ ਵੀ ਆ ਸਕਦੇ ਨੇ, ਘਰ ਬੈਠੇ ਹੀ ਪੜ੍ਹਾਉਣਾ ਹੈ, ਔਰ ਜੇ ਜੋ ਅਸੀਂ ਸਿਖਾ ਸਕਦੇ ਹਾਂ ਅਸੀਂ ਵੀ ਸਿਖਾਵਾਂਗੇ, ਸਾਡੇ ਸਟੂਡੀਓ 'ਚ ਆ ਕੇ ਵੀ ਸਿੱਖ ਸਕਦੇ ਹੋ। ਸੋ ਜਿਹੜੇ ਵੀ ਇੰਟਰਸਟਡ ਕੈਂਡੀਡੇਟ ਨੇ, ਕਿਉਂਕਿ ਅਗਲਾ ਯੁੱਗ ਆਉਣ ਵਾਲਾ ਕੋਵਿਡ ਤੋਂ ਬਾਅਦ ਔਨਲਾਈਨ ਟੀਚਿੰਗ ਦਾ ਹੈ, ਲੇਕਿਨ ਇੱਥੇ ਕੋਚਿੰਗ ਸਿਰਫ ਫਾਰਮੈਲਿਟੀ ਸਦਕਾ ਨਹੀਂ ਹੋਏਗੀ, ਤੁਹਾਡੀ ਟੀਚਿੰਗ ਦਾ ਇਫੈਕਟ ਕਿੰਨਾ ਹੋਇਆ ਹੈ ਉਸਨੂੰ ਮਈਅਰ ਕੀਤਾ ਜਾਏਗਾ, ਫੀਡਬੈਕ ਮਿਲੇਗੀ, ਉਹਦੇ ਮੁਤਾਬਕ ਤੁਹਾਨੂੰ ਪ੍ਰਪੋਰਸ਼ਨ ਜਾਂ ਤੁਹਾਡੀ ਸੈਲਰੀ, ਜਿਸ ਤਰ੍ਹਾਂ ਵੀ ਮੋਨੀਟਰੀ ਇਨਸੈਂਟਿਵ ਤੁਸੀਂ ਚਾਹੁੰਦੇ ਹੋ ਉਹ ਦਿੱਤੇ ਜਾਣਗੇ, ਕਿਉਂਕਿ ਸਾਡੇ ਕੋਰਸ ਜ਼ਿਆਦਾ ਸ਼ੁਰੂ ਹੋ ਰਹੇ ਨੇ, ਦੈਟ ਇਜ਼ ਵਾਈ ਸਾਨੂੰ ਜਿਹੜੇ ਅਧਿਆਪਕਾਂ ਦੀ ਜ਼ਰੂਰਤ ਹੈ, ਹਿਸਟਰੀ ਦਾ, ਪੋਲੀਟੀਕਲ ਸਾਇੰਸ, ਜੋਗ੍ਰਾਫੀ, ਇੰਗਲਿਸ਼, ਸਾਇੰਸ, ਸਾਇੰਸ ਦੇ ਵਿੱਚ ਅੱਗੇ ਡਿਵੀਜ਼ਨ ਹੋ ਸਕਦੀ ਹੈ ਕਿ ਤੁਸੀਂ ਬਾਇਓ ਦੇ ਮਾਸਟਰ ਹੋ, ਫਿਜ਼ਿਕਸ ਦੇ ਮਾਸਟਰ ਹੋ, ਕੈਮਿਸਟਰੀ ਦੇ ਮਾਸਟਰ ਹੋ, ਉਸਦੀ ਡਿਵੀਜ਼ਨ ਹੋ ਸਕਦੀ ਹੈ, ਮੈਥਸ ਦਾ ਜਿਹੜੇ ਮਾਸਟਰ ਨੇ, ਪੀਐਸ ਟੈਟ ਕਲੀਅਰ ਹੋਵੇ ਤਾਂ ਕੈਂਡੀਡੇਟ ਅਪੀਅਰ। ਜੇ ਹਾਂ ਤੁਹਾਡਾ ਪੀਐਸ ਟੈਟ ਕਲੀਅਰ ਨਹੀਂ ਹੈ ਪਰ ਤੁਸੀਂ ਕਿਸੇ ਹੋਰ ਕੋਰਸ ਦੀ ਤਿਆਰੀ ਕਰਵਾ ਰਹੇ ਹੋ, ਤੁਹਾਨੂੰ ਟੀਚਿੰਗ ਦਾ ਐਕਸਪੀਰੀਅੰਸ ਹੈ ਔਰ ਕੌਨਫੀਡੈਂਟ ਹੋ ਕਿ ਤੁਸੀਂ ਇਹ ਅੱਛਾ ਕਰਵਾ ਸਕਦੇ ਹੋ, ਤਾਂ ਅਸੀਂ ਉਹ ਇੰਟਰਵਿਊ ਵਿੱਚ ਤੁਹਾਨੂੰ ਇਨਵਾਈਟ ਕਰਦੇ ਹਾਂ। ਕਿਸੇ ਤਰ੍ਹਾਂ ਦਾ ਡਾਊਟ ਹੋਵੇ ਪੁੱਛ ਸਕਦੇ ਹੋ, ਨੀਚੇ ਲਿੰਕ ਦਿੱਤਾ ਗਿਆ ਹੈ, ਨੰਬਰ ਮੇਰਾ ਹੈ 8427458843। ਥੈਂਕ ਯੂ।